ਉਨਾ ਸੀ ਆਪਣੇ ਝੋਨੇ ਦੇ ਉੱਤੇ ਕਿਹੜਾ ਫੰਗੀ ਸੈਡ ਕਰਗੇ ਤਾਂ ਕਿ ਸਾਡੇ ਝੋਨੇ ਦਾ ਝਾੜ ਵਧ ਜੇ ਝੋਨਾ ਪੂਰੇ ਗੋਭ ਚ ਮੁੰਜਰੇ ਬਾਹਰ ਕੱਢ ਰਿਆ ਜੇ ਹੁਣ ਨਾ ਕੀਤਾ ਤਾਂ ਕਦੋਂ ਕਰਾਂਗੇ ਇਸ ਲਈ ਪੂਰਾ ਨੰਬਰ 1 ਸਾਰੀ ਦੁਨੀਆ ਦੇ ਵਿੱਚੋਂ ਜਿਹੜਾ ਬੈਸਟ ਆ ਨਾ ਉਹ ਫੰਗੀ ਸੈਡ ਕਰਨਾ ਆਪਣੇ ਕਿਸਾਨ ਵੀਰ ਤਾਂ ਇਹੀ ਸਮਝਦੇ ਆ ਕਿ ਕੱਲਾ ਫੰਗੀ ਸੈਡ ਕਰਕੇ ਝਾੜ ਵਧਾਵਾਂਗੇ ਨਾਲ ਖਰਾਕੀ ਤੱਤ ਵੀ ਜ਼ਰੂਰੀ ਆ ਪਰੰਤੂ ਅੱਜ ਮੈਂ ਤੁਹਾਨੂੰ ਪੂਰੇ ਟਾਪ ਦੇ ਫੰਗੀ ਸਾਈਡ ਦੱਸਣ ਜਾ ਰਿਹਾ ਜਿਨ੍ਹਾਂ ਦੀ ਵਰਤੋਂ ਕਰਕੇ ਆਪਾਂ ਆਪਣੇ ਝੋਨੇ ਦਾ ਬੰਪਰ ਚੜ ਲੈ ਸਕਦੇ ਆ ਕਿਉਂਕਿ ਜੇਕਰ ਬਿਮਾਰੀ ਕੰਟਰੋਲ ਹੋ ਗਈ ਤਾਂ ਝਾੜ ਆਪਣੇ ਆਪ ਵੱਧ ਜਾਵੇਗਾ ਪਰੰਤੂ ਦੋਸਤੋ ਆਪਾਂ ਕਿਸਮ ਦੇਖ ਕੇ ਹੀ ਫੰਗੀ ਸਾਈਡ ਕਰਨਾ ਹੈਗਾ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪੀ ਆਰ 126 ਬਾਰੇ ਹੁਣ ਪੀ ਆਰ 126 ਦੇ ਉੱਤੇ ਸਭ ਤੋਂ ਵੱਧ ਫਾਟਸ ਸਮਟ ਦਾ ਅਟੈਕ ਹੁੰਦਾ ਜਿਹਨੂੰ ਆਪਾਂ ਹਲਦੀ ਰੋਗ ਕਹਿੰਦੇ ਨੇ ਜਿਹਨੂੰ ਆਪਾਂ ਗਟੋਲੀ ਜੀ ਬਣ ਗਈ ਯਾਰ ਉਹ ਕਹਿ ਦਿੰਨੇ ਆ ਤਾਂ ਇਸ ਹਲਦੀ ਰੋਗ ਨੂੰ ਕੰਟਰੋਲ ਕਰਨ ਦੇ ਲਈ ਜਦੋਂ ਆਪਣਾ PRX 26 ਗੋ ਵਿੱਚ ਹੁੰਦਾਗਾ ਉਦੋਂ ਆਪਾਂ ਸਪਰੇਅ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਾਪਰ ਪਲੱਸ ਮੈਨਕੋ ਜੇਬ ਦਾ ਜੋ ਕੰਬੀਨੇਸ਼ਨ ਆਉਂਦਾ ਮਿਕਸਚਰ ਆਉਂਦਾ ਆਪਾਂ ਅਲੱਗ-ਅਲੱਗ ਨਹੀਂ ਲੈਣੇ ਇਹ ਤਾਂ ਇਹ ਵਰਤ ਸਕਦੇ ਆ ਪ੍ਰਤੀ ਏਕੜ ਅੱਧਾ ਕਿਲੋ ਬਾਦੂਆ ਇਹ ਇੱਕ ਕੰਟੈਕਟ ਫੰਗੀਸਾਈਡ ਆ ਯਾਦ ਰਹੇ ਦੋਸਤੋ ਇਸ ਫੰਗੀਸਾਈਡ ਨੂੰ ਆਪਾਂ ਕਿਸੇ ਵੀ ਕੀਟਨਾਸ਼ਕ ਨਾਲ ਮਿਕਸ ਕਰਕੇ ਕਰ ਸਕਦੇ ਆ ਬਸ ਘੋਲ ਆਪਾਂ ਅਲੱਗ-ਅਲੱਗ ਬਣਾਉਣਾ ਇਸ ਤੋਂ ਇਲਾਵਾ ਪੀਆਰ 126 ਤੋਂ ਬਿਨਾ ਹੋਰ ਕੋਈ ਵੀ ਵੈਰਾਈਟੀ ਆ ਯਾਰ ਜਿਹਨੂੰ ਹਲਦੀ ਰੋਗ ਫਾਟ ਸਮਟ ਸਭ ਤੋਂ ਵੱਧ ਆਉਂਦਾ ਉਹ ਸੋਪਰਾਪਾ ਇਸ ਫੰਗੀਸਾਈਡ ਦੀ ਸਪਰੇਅ ਕਰ ਸਕਦੇ ਆ ਰਿਜ਼ਲਟ ਤੁਹਾਨੂੰ ਨੰਬਰ 1 ਹੀ ਮਿਲੂਗਾ ਸਭ ਤੋਂ ਵਧੀਆ ਮਿਲੂਗਾ ਤੇ ਸਭ ਤੋਂ ਸਸਤਾਗਾ ਇਸ ਤੋਂ ਇਲਾਵਾ ਆਪਾਂ ਕੱਲਾ ਕਾਪਰ ਵੀ ਕਰ ਸਕਦੇ ਆ ਪਰੰਤੂ ਯਾਦ ਰਹੇ ਕਾਪਰ ਵਾਲੇ ਆਪਣੇ ਕਿਸਾਨ ਵੀਰ ਸਾਰੇ ਜਾਣਦੇ ਆ ਇਹ ਕੱਲਾ ਹੀ ਕਰਨਾ ਪਊਗਾ ਇਹਦੇ ਨਾਲ ਬਸ ਆਪਾਂ ਦੋ ਪੁੜੀਆਂ ਸਟ੍ਰੈਪਟੋਸਾਈਕਲਿੰਦੀ ਐਡ ਕਰ ਲੈਣੀਆਂ ਹੈਗੀਆਂ ਹੁਣ ਕਈ ਕਿਸਾਨ ਵੀਰ ਕਹਿਣਗੇ ਯਾਰ ਨਹੀਂ ਸਾਡਾ ਮਨ ਨਹੀਂ ਖੜਦਾ ਅਸੀਂ ਤਾਂ ਮਹਿੰਗਾ ਹੀ ਕਰਨਾ ਹੈ ਤੇ ਮਹਿੰਗਾ ਵੀ ਪੈਸੇ ਲਾਉਣੀ ਆ ਤਾਂ ਸਭ ਤੋਂ ਬੈਸਟ ਫੰਗੀ ਸੈਡਾਸ ਤਾਂ ਦੋਸਤੋ ਆਪਾਂ ਫਾਲਸ ਸਮਟਰਨ ਕੰਟਰੋਲ ਕਰਦੇ ਲਈ ਜਿਹੜਾ ਮਾਰਕੀਟ ਦੇ ਵਿੱਚ ਟ੍ਰਾਈਫਲੋਕਸਿਸਟ੍ਰੋਬਿਨ ਪਲੱਸ ਟੈਬੂਕੋਨਾਜ਼ੋਲ ਹੁੰਦਾ ਇਹਨਾਂ ਦਾ ਕੰਬੀਨੇਸ਼ਨ ਹੁੰਦਾ ਇਹ ਵੀ ਕਰ ਸਕਦੇ ਆ ਪਰੰਤੂ ਯਾਦ ਰੱਖੇ ਇਸ ਦੀ ਡੋਜ਼ ਆਪਾਂ ਪ੍ਰ 126 ਤੇ ਜਾਂ ਜੋ ਕੋਈ ਵੀ ਵੈਰਾਈਟੀ ਆ ਜਿਸ ਨੂੰ ਹਲਦੀ ਰੋਗ ਦਾ ਅਟੈਕ ਜ਼ਿਆਦਾ ਆਉਂਦਾ ਘੱਟੋ ਘੱਟ 150 ਤੋਂ ਲੈ ਕੇ 160 ਗ੍ਰਾਮ ਤੱਕ ਪਾਉਣੀ ਆ ਕੀਮਤ ਕਾਫੀ ਜ਼ਿਆਦਾ ਹੋ ਜਾਵੇਗੇ ਫੰਗੀ ਸਾਈਡ ਦੀ ਕਾਫੀ ਮਹਿੰਗਾ ਹੋ ਜਾਵੇਗਾ ਪਰ ਤੂੰ ਹਲਦੀ ਰੋਗ ਜ਼ਰੂਰ ਕੰਟਰੋਲ ਹੋ ਜਾਊਗਾ ਇਹ ਫੰਗੀ ਸਾਈਡ ਓਨਾ ਕਿਸਾਨ ਵੀ ਰਾਲੀ ਆ ਜਿਹੜੇ ਕਹਿੰਦੇ ਆ ਇਸ ਤਾਂ ਯਾਰ ਚੰਗੇ ਪੈਸੀ ਲਾਵਾਂਗੇ ਇਸ ਤੋਂ ਇਲਾਵਾ ਦੋਸਤੋ ਹੁਣ ਤੁਸੀਂ ਚਾਹੇ ਬਾਸਮਤੀ ਲਗਾਈ ਆ ਚਾਹੇ ਪਰਮਲ ਕੋਈ ਵੈਰਾਈਟੀ ਲਗਾਈ ਆ ਚਾਹੇ ਹਾਈਬ੍ਰਿਡ ਇੰਨਾ ਵੈਰਾਈਟੀਆਂ ਦੇ ਵਿੱਚ ਜੇਕਰ ਸਸਤੇ ਵਿੱਚ ਦੇਖੀਏ ਤਾਂ ਟੈਬੂਕੋਨੋਜੋਲ ਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਇਸ ਟਾਈਮ ਫੰਗੀ ਸਾਈਡ ਆ 200 ਐਮਐਲ ਪ੍ਰਤੀ ਏਕੜ ਦੋਜ਼ਾ ਇਸ ਤੋਂ ਇਲਾਵਾ ਦੋਸਤੋ ਟੈਬੂਕੋਨਾਜ਼ੋਲ ਪ੍ਰਸ ਜਨੇਬ ਆਉਂਦਾ ਹੈ ਹੈਕਜ਼ਾਗੋਨਾਜ਼ੋਲ ਪਲਸ ਜਨੇਬ ਆਉਂਦਾ ਜਾਨਕੀ ਇੱਕ ਸਿਸਟੈਮ ਫੰਗੀਸਾਈਡ ਆ ਇੱਕ ਕੰਟੈਕਟ ਫੰਗੀਸਾਈਡ ਆ ਇੰਨਾ ਸਾਰਿਆਂ ਦਾ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਹੁਣ ਜੇਕਰ ਥੋੜੇ ਜੇ ਮਹਿੰਗੇ ਵੱਲ ਜਾਗੇ ਤਾਂ ਤੁਸੀਂ ਕੋਈ ਮਰਜ਼ੀ ਵੈਰਾਈਟੀ ਲਗਾਈ ਜਾ ਬਸ ਉਹਨਾਂ ਨੂੰ ਹਲਦੀ ਰੋਗ ਨਾ ਆਉਂਦਾ ਹੋਵੇ ਤਾਂ ਤੁਸੀਂ ਇਸ ਉੱਪਰ ਅਜੋਕਸੀ ਸਟ੍ਰੋਬਿਨ ਪਲਸ ਡਾਈਫੈਨੋਕੋਨਾਜ਼ੋਲ ਦਾ ਕੰਬੀਨੇਸ਼ਨ ਹੁੰਦਾ ਪ੍ਰਤੀ ਏਕੜ 200 ਐਮਐਲ ডোজ ਆ 200 ਲੀਟਰ ਪਾਣੀ ਦੇ ਵਿੱਚ ਹੀ ਇਸ ਦੀ ਸਪਰੇਅ ਕਰ ਸਕਦੇ ਹਾਂ ਇਸ ਤੋਂ ਇਲਾਵਾ ਟ੍ਰਾਈਫਲੋਕਸਿਸਟ੍ਰੋਬਿਨ ਪਲੱਸ ਟੈਬੈਗਨੋ ਜੁਲਦਾ ਜਿਹੜਾ ਕੰਬੀਨੇਸ਼ਨ ਹੁੰਦਾ ਇਸ ਦੀ ਵੀ ਸਪਰੇਅ ਕਰ ਸਕਦੇ ਹਾਂ 120 ਗ੍ਰਾਮ ਪ੍ਰਤੀ ਏਕੜ ਇਸ ਦੀ ਡੋਜ਼ ਆ ਇਹ ਵੀ ਇੱਕ ਸਿਸਟੈਮਿਕ ਫੰਗੀਸਾਈਡ ਆ ਸਟ੍ਰੋਬਿਲੂਰ ਗਰੁੱਪ ਦੇਖਾਂਗੇ ਸਾਈਡ ਆ ਸਾਰੀ ਇਸ ਤੋਂ ਇਲਾਵਾ ਤੁਸੀਂ ਆਜੋਕਸਿਸਟ੍ਰੋਬਿਨ ਪਲੱਸ ਸਟੈਬੋਕਨੋਜੂਲ ਦਾ ਕੰਬੀਨੇਸ਼ਨ ਆਉਂਦਾ ਏ ਪ੍ਰਤੀ ਏਕੜ 330 ਐਮਐਲ ਡੋਜ਼ ਆ ਇਹ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਫੰਗੀਸਾਈਡ ਹੋਰ ਆਉਂਦਾਗਾ ਉਹਦੇ ਵਿੱਚ ਇੱਕ ਸਟ੍ਰੋਬਿੰਗ ਗਰੁੱਪ ਦਾ ਫੰਗੀਸਾਈਡ ਜਿਹੜਾ ਕਿ ਸਿਸਟੈਮਿਕ ਆ ਤੇ ਦੂਜਾ ਕੰਟੈਕਟ ਆ ਤਾਂ ਇਸ ਦੇ ਵਿੱਚ ਇੱਕ ਆਜੋਕਸਿਸਟ੍ਰੋਬਿਨ ਆ ਪਲੱਸ ਨਾਲ ਮੈਨਕੋਰੇਬ ਆ ਇਸ ਦਾ ਵੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਪ੍ਰਤੀ ਏਕੜ 600 ਗ੍ਰਾਮ ਇਸਦੀ ਲੋਜਾ ਹੁਣ ਸਾਰੇ ਹੀ ਫੰਗੀਸਾਈਡ ਬਹੁਤ ਜ਼ਿਆਦਾ ਵਧੀਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਹ ਤੁਸੀਂ ਕਰ ਸਕਦੇ ਹੋ ਮੈਂ ਉਮੀਦ ਕਰਦਾ ਕਿ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ